ਦਰਸ਼ਕੋ 10 ਲੱਖ ਦਾ ਇਤਰ ਲੈਣ ਲੱਗਿਆ ਸੀ ਜਿਹੜਾ ਜੱਫੀ ਪਾਊਗਾ ਉਹਨੂੰ ਹੀ ਪਤਾ ਲੱਗਣਾ ਮੈਂ ਵੀ ਹੁਣ ਮੈਂ ਜੈਲੀ ਵੇਖਣ ਲੱਗਾ ਇਹਨਾਂ ਸਾਰੀਆਂ ਜਿਹਨਾਂ ਪੈਂਦਾ ਮੀਟ ਬਹੁਤ ਪੈਸੇ ਆਏ ਅੱਜ ਸ਼ੋਪਿੰਗ ਦੇ ਉੱਤੇ ਯਾਰ ਅੱਜ ਤਾਂ ਇੰਨਾ ਕੁ ਸੋਨਾ ਦੇਖ ਲਿਆ ਨਾ ਹੁਣ ਰਾਤ ਨੂੰ ਵੀ ਅੱਖਾਂ ਦੇ ਅੱਗੇ ਸੋਨਾ ਹੀ ਆਈ ਜਾਣਾ ਚੱਕ ਤੇ ਫੱਟ ਨੱਪਤੀ ਕਿੱਲੀ ਲੈ ਚੱਲੇ ਭਾਜੀ ਸੋਨਾ ਡਬਈ ਦਾ ਕੈਸ਼ ਵਰਕਰ ਕੈਸ਼ ਕੈਸ਼ ਆਹ ਮੁੰਦਰੀ ਪਈ ਆ ਤੇ ਵਰਲਡ ਦੀ ਸਭ ਤੋਂ ਵੱਡੀ ਮੁੰਦਰੀ ਚਲੋ ਭਾਜੀ ਅੱਗੇ ਚੱਲੀਏ ਸਭ ਤੋਂ ਵੱਡੀ ਮੁੰਦਰੀ ਆ ਵਰਲਡ ਦੀ ਫੋਟੋ ਵਾਇਆ ਖਿੱਚਣੀ ਆ ਉਹ ਯਾਦਾਸ਼ ਵਿੱਚ ਇੱਡੀ ਵੱਡੀ ਰਿਕਾਰਡ ਕਰ ਲਈ ਆ ਜਾਓ ਚੱਲੀਏ ਉਹ ਇੱਥੇ ਤਾਂ ਉੱਦਾਂ ਹੀ ਸੋਨਾ ਲੱਗਾ ਹੋਇਆ ਬੱਲੇ ਬੱਲੇ ਇਹਨੂੰ ਦੇਖੋ ਸੋਹਣਾ ਇਹਨੂੰ ਦੇਖੋ ਸੋਹਣਾ ਕੋਈ ਸ਼ਟਰ ਨਹੀਂ ਸ਼ੋਪ 'ਤੇ ਸ਼ੀਸ਼ੇ ਸ਼ੀਸ਼ੇ ਲੱਗੇ ਬਸ ਪਿੰਕ ਕਲਰ ਦੀ ਕਿਆ ਬਾਤ ਆ ਓਏ ਹੋਏ 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 ਭਾਜੀ ਕਿੱਡੇ ਕਿੱਡੇ ਹੈ ਭਾਜੀ ਇੱਧਰ ਲੈ ਚੱਲੀਏ ਦੋ ਕੁ ਵੱਡੇ ਵੱਡੇ ਹੈ ਕਿ ਨਹੀਂ ਭਾਬੀ ਲਈ ਹਾਂ ਮੈਂ ਨਾ ਦਿਲ ਕਰਦਾ ਸਭ ਕੁਝ ਚੁੱਕ ਲਈਏ ਉਹ ਡੋ ਭੜਾ ਹੋ ਗਿਆ ਓਏ ਪਹਿਲਾਂ ਅਸੀਂ ਘੁੰਮ ਲਈਏ ਉਸ ਤੋਂ ਬਾਅਦ ਗੋਲਡ ਬਾਏ ਕਰਦੇ ਹਾਂ ਲੈ ਬੀਬੀਓ ਭੈਣੋ ਕਰੋ ਚੈੱਕ ਸਾਰਾ ਸੋਨਾ ਹੀ ਆ ਸੋਨੇ ਦੇ ਕੰਗਣ ਸੋਨੇ ਦੀਆਂ ਚੈਨੀਆਂ ਸੋਨੇ ਦੀਆਂ ਵਾਲੀਆਂ ਇੰਨੀ ਕਿੰਨਾ ਕੁ ਵਰਾਇਟੀ ਆ ਨਾ ਬਹੁਤ ਜ਼ਿਆਦਾ ਡਿਜ਼ਾਇਨ ਆ ਪਤਾ ਕੋਈ ਕੋਈ ਪਸੰਦ ਕਰ ਹੀ ਲੈਂਦਾ ਇੱਥੇ ਸੋਨੇ ਦੇ ਕੜੇ ਸਾਰਾ ਸੋਨਾ ਹੀ ਸੋਨਾ ਹੈ ਸੋਹਣਾ ਹੀ ਸੋਹਣਾ ਸੋਹਣਾ ਹੀ ਸੋਹਣਾ ਸੋਹਣਾ ਹੀ ਸੋਹਣਾ ਸਾਰਾ ਕੁਛ ਸੋਨੇ ਦਾ ਸੋਹਣਾ ਹੀ ਸੋਹਣਾ ਹੁਣ ਮੈਂ ਤੁਹਾਨੂੰ ਦਿਖਾਉਂਦਾ ਆ ਜਿਹੜੇ ਅਰਬਿਕ ਸਟਾਈਲ ਦੇ ਵਿੱਚ ਆ ਨਾ ਪੂਰਾ ਸੋਨੇ ਨਾਲ ਲੱਦੇ ਜਾਂਦੇ ਆ ਉਹ ਚੀਜ਼ਾਂ ਸਾਰਾ ਅੱਜ ਸੋਨਾ ਦੇਖ ਦੇਖ ਕੇ ਦਿਮਾਗ ਖਰਾਬ ਹੋ ਗਿਆ ਕਿੰਨਾ ਸੋਨਾ ਇਕੱਠਾ ਹੀ ਦੇਖ ਲਿਆ ਸੀ ਕਿਲੋਆਂ ਦੇ ਹਿਸਾਬ ਨਾਲ ਵੀ ਨਹੀਂ ਟੰਨਾਂ ਦੇ ਹਿਸਾਬ ਨਾਲ ਸੋਨਾ ਆ ਇੱਥੇ ਟੰਨਾਂ ਦੇ ਹਿਸਾਬ ਨਾਲ ਕਿਆ ਗਲ ਦੇ ਵਿੱਚ ਪੂਰੀ ਬੋਡੀ ਅਤੇ ਹੱਥਾਂ ਦੇ ਵਿੱਚ ਬਾਹਾਂ ਦੇ ਵਿੱਚ ਸੋਨੇ ਦੇ ਹਾਰ ਕਿੱਡੇ ਕਿੱਡੇ ਸੋਨੇ ਦੇ ਹਾਰ ਆ ਵੀ ਆਪ ਚੈੱਕ ਕਰੋ ਸੋਨਾ ਇਹਨਾਂ ਦੀਆਂ ਇੱਥੇ ਦੀਆਂ ਨਾ ਬੀਬੀਆਂ ਪਾਉਂਦੀਆਂ ਹੈ ਵੀ ਨਹੀਂ ਗੱਲਬਾਤ ਯਾਰ ਕਿੰਨਾ ਜ਼ਿਆਦਾ ਸੋਨਾ ਹੋਊਗਾ ਕਿਲੋਆਂ ਦੇ ਹਿਸਾਬ ਨਾਲ ਆ ਕਿਲੋਆਂ ਦੇ ਹਿਸਾਬ ਨਾਲ ਹੈਗੀ ਕਿ ਨਹੀਂ ਗੱਲਬਾਤ ਯਾਰ ਸੋਨਾ ਤਾਂ ਇਹ ਪਾਉਂਦੇ ਆ ਇੱਥੋਂ ਦੇ ਸ਼ੇਖ ਆ ਸਾਰਾ ਇਹਨਾਂ ਦਾ ਨਾ ਜਿੰਨਾ ਵੀ ਇਹਨਾਂ ਦੇ ਕਲਚਰ ਦੇ ਵਿੱਚ ਵਿਆਹਾਂ 'ਤੇ ਜਦੋਂ ਆਉਂਦੇ ਜਾਂਦੇ ਆ ਉਦੋਂ ਪਾਉਂਦੀਆਂ ਬੀਬੀਆਂ ਸੋਨੇ ਦੀ ਚੁੰਨੀ ਉੱਤੇ ਲਈ ਆਉਂਦੇ ਤੁਹਾਨੂੰ ਮੈਂ ਡਿਜ਼ਾਇਨ ਵਿਖਾਈ ਜਾਣਾ ਜਿਹੜਾ ਪਸੰਦ ਆ ਤੁਸੀਂ ਔਡਰ ਕਰ ਸਕਦੇ ਆ ਘਰ ਤੁਹਾਡੇ ਹੋਮ ਡਿਲੀਵਰੀ ਕਰ ਦੂਗੇ ਆਹ ਚੈੱਕ ਕਰੋ ਮਿੱਤਰੋ ਹੈਗੀ ਕਿੰਨੀ ਗੱਲ ਕਰਦੇ ਡਿਜ਼ਾਇਨ ਸਿਲੈਕਟ ਕਰ ਲਓ ਯਾਰ ਮੇਰੇ ਵੀਰ ਭੈਣ ਜਿਹੜੇ ਜਿਹੜੇ ਉੱਥੋਂ ਵੀ ਤੁਸੀਂ ਬਣਵਾ ਸਕਦੇ ਆ ਇਹਨਾਂ ਦਾ ਡਿਜ਼ਾਇਨ ਐਡੇ ਵੱਡੇ ਤਾਂ ਨਹੀਂ ਆਪਣੇ ਕਲਚਰ 'ਚ ਪਾਉਂਦੇ ਆ ਇੱਦਾਂ ਦੀਆਂ ਛੋਟੀਆਂ ਛੋਟੀਆਂ ਚੀਜ਼ਾਂ ਤਾਂ ਪਾ ਲੈਂਦੇ ਆ ਸਾਰੇ ਹਾਂ ਦੇਖੋ ਕਿੰਨੇ ਵਧੀਆ ਵਧੀਆ ਡਿਜ਼ਾਇਨ ਆ ਬਹੁਤ ਲੋਕ ਇੱਥੇ ਆ ਕੇ ਵੀਡੀਓ ਬਣਾ ਬਣਾ ਲੈ ਕੇ ਜਾਂਦੇ ਆ ਐਂਡੀ ਕਰਾਈ ਪਈ ਆ ਇੱਥੇ ਤਾਂ ਸਾਡਾ ਭੜਾ ਹੋ ਗਿਆ ਹੈਗੀ ਕਿ ਨਹੀਂ ਗੱਲਬਾਤ ਚੱਕ ਤੇ ਫੱਟ ਨੱਪਤੀ ਕਿੱਲੀ ਲੈ ਚੱਲੇ ਭਾਜੀ ਸੋਨਾ ਡਬਈ ਦਾ ਪਹਿਲੀ ਵਾਰੀ ਪੰਜਾਬ ਲੈ ਕੇ ਚੱਲੇ ਸੋਨਾ ਡਬਈ ਦਾ ਭਾਜੀ ਨੇ ਚੰਗੇ ਉਂਗਲਾਂ ਉਂਗਲਾਂ ਮਾਰੀਆਂ ਇਹਦੇ ਉੱਤੇ ਕ੍ਰੇਡਿਟ ਰੂਟ ਘੱਟ ਕਰਾ ਤਾ ਵਾਹ ਭਾਈ ਓਕੇ ਸਰ ਡਨ ਹਾਂਜੀ ਤੁਹਾਡਾ ਲਿਖਣਾ ਤਾਂ ਮੇਰਾ ਲਿਖ ਦਿਓ ਜਿਹੜਾ ਨਵਾਂ ਨੰਬਰ ਬੋਲੋ ਜਰਾ ਮਾੜਾ ਜਿਹਾ ਆ ਇਹਨਾਂ ਦੀ ਬਿੱਲ ਬੁੱਕ ਆ ਪਤਾ ਨਹੀਂ ਬਿੱਲ ਬੁੱਕ ਆ ਕੀ ਆ ਬਿੱਲ ਬੁੱਕ ਹੀ ਅਰਬੀ ਜਾ ਹਨਾ ਹੁਣ ਗਏ ਆ ਉੱਧਰ ਸੋਨਾ ਲੈਣ ਹੋਰ ਵੀ ਬੜਾ ਕੁਛ ਆ ਪਰ ਇੰਨਾ ਕੁਛ ਲੈ ਕੇ ਨਹੀਂ ਨਾ ਜਾ ਸਕਦੇ ਬੜਾ ਪੰਗਾ ਆ ਲੈ ਕੇ ਬਸ ਲਿਮਿਟ ਦੇ ਵਿੱਚ ਜਾ ਸਕਦੇ ਹਾਂ ਜੇ ਨਾਲ ਕੋਈ ਲੇਡੀਜ਼ ਆ ਜਾਵੇ ਨਾ ਆਪਣੇ ਫਿਰ ਲੇਡੀਜ਼ ਜ਼ਿਆਦਾ ਲਿਜਾ ਸਕਦੀ ਆ ਬੰਦਾ ਘੱਟ ਲਿਜਾ ਸਕਦਾ ਆ ਅਤੇ ਮੈਂ ਲੈ ਕੇ ਚੱਲਾਂ ਆ ਗਿਫਟ ਸਰਪ੍ਰਾਈਜ਼ ਦੇਵਾਂਗੇ ਜਾ ਕੇ ਘਰ ਸੋਨਾ ਲੈ ਕੇ ਜਾਣਾ ਸੀਗਾ ਆਪਾਂ ਲਿਆ ਚੱਲੇ ਕਹਿੰਦੇ ਸੀ ਭਾਅ ਜੀ ਪਰ ਖਪਦੇ ਰਹੇ ਬੜਾ ਚਿਰ ਹੈ ਨਾ ਸੋਨਾ ਦੇਖ ਦੇਖ ਢਿੱਡ ਭਰ ਗਿਆ ਅੱਜ ਦੁਬਈ 'ਚ ਪਹਿਲੇ ਦਿਨ ਆਏ ਗੱਡੀਆਂ ਦੇਖ ਕੇ ਢਿੱਡ ਭਰ ਗਿਆ ਹੁਣ ਸੋਨਾ ਦੇਖ ਦੇਖ ਢਿੱਡ ਭਰ ਗਿਆ ਕੱਲ੍ਹ ਨੂੰ ਬਿਲਡਿੰਗਾਂ ਦੇਖਣੀਆਂ ਸੋਨੇ ਛੱਪੜ ਵਾ ਛੱਪੜ ਛੱਪੜ ਹੀ ਆ ਵਾਕੇ ਮੈਂ ਦੱਸਣ ਦਿਆ ਸੀ ਟੰਨਾਂ ਦੇ ਹਿਸਾਬ ਨਾਲ ਆ ਟੰਨਾਂ ਦੇ ਕਿਲੋ ਵੀ ਨਹੀਂ ਆ ਟੰਨਾਂ ਦੇ ਹਿਸਾਬ ਨਾਲ ਓਕੇ
देखो किन्नियां मुंदरियां दे डिजाइन आ बल्ले 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 नेरी आ नेरी ये सारियां लेडीज वालियां आ जिन्नियां भी आ आ कैंट कैंट देखे इतनी कदी इन्ने के ज्यादा डिजाइन है ना आ देख लो है कि नहीं गल बात चैना देखनियां किन्नियां किन्नियां मोटियां है कि अपने उथे देखियां कदी इन्नियां मोटियां चैना बल्ले 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 बस आप बाय करके एयरपोर्ट तो नहीं जा लैके जा सकते पंगा यही आ सोना सोना इतने चलते चीमा साहब के सैन दुबई के पैकिंग बड़ी वधिया दी उन्होंने टेंट बदल लोग वेखी जाते बारों ही तो अं चंडा गाडा ही सोना लै आए इदा लोग फोटो वो बनाते थे वीडियो वो खिंचते एक पता की आ इधर है गोल्ड इधर वाइट गोल्ड आ डायमंड है ना वाइट गोल्ड हो गया डायमंड हो गया वो लैफ्ट साइड आ जोड़ा गोल्ड आ गोल्डन कलर का वो सारा इस साइड है इन्होंने इदा हिसाब किताब किया कोई बाकी ब्रांड सारे ही इतने बड़िया बड़िया कंपनियां जो जिन्हें भी है ना सारे ही अपने बॉलीवुड वाले कलाकार जोड़े ना वो इन्हों की वो करते एडवरटाइजमेंट ब्रांड एंबैसडर बहुत अपने सामने लगे दो जड़े एक पुराना हीरो तो दूजी भी पुरानी होगी यार अज तो इन्ना क सोना देख लिया ना हूँ रात को भी अखा तक सोना ही आई जाना ला अपना गोल्ड ही गोल्ड गोल्डन कलर से सोना गोल्ड 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 सोना आला यार इन्निया सुनहरिया दिन दुकाना ना पर जेड़ा इतने ना अरबिक सोना आ उन्होंने शॉपा अरब वाल है ना वो इतने देंदे आ 21 कैरट का सोना असी वो लिया आ जेड़े होर आ इंडिया दियाँ भी बहुत शॉपा आ इतने वो देंदे 22 कैरट का वो नहीं आप लिया लिया 21 कैरट वाला यदि चमक ज्यादा आ पता नहीं की हिसाब किताब हैगी गलबात पर हाँ जाके सरप्राइज दूंगा सोना लैके आया का शॉप आ सोने के जीरो मेकिंग चार्ज लेंदे मतलब बनवाई के पैसे नहीं लेंदे कला बस सोना खरीदो तो घर में जाओ जिन्ना को अं लैके उन्होंने चार्जिस बहुत पाए अपन है ना भाजी किन्ने चार्जिस पाते हैं अपन है ना हज़ार के हिसाब से पाता ये कोई चार्ज नहीं पाते पर यह 22 कैरट वाला सिस्टम आई देखने दे होने सारे इंडियन ना आप 22 कैरट ले जाना नहीं पता कि लगेगा भी डबई सोना देख के आए अपने 22 कैरट वाले सोना है भी इथों का ही आ बस ये दुकाना इंडियन दियाँ इंडियन ब्रांड आ सोना इथों का ही है भी बस 22 कैरट आ जो इथों के आना तो है 21 कैरट बहुत पैसे डाए अच शॉपिंग के उत्ते हाँ हम थोड़ा जहाँ बाहर न आ गए हैं क्योंकि अगे बहुत ज़्यादा लंबा राह ही सारिया सोने दी दुकाना ही मेरी बस हो गई सोना देख के वेख के कितना फर्क सगा इतने किदा का सगा गोल्ड का रंग ना खट्टा खट्टा जहा जिदा अपने जीप का रंग जोड़ा वो अरबिक सोना है ना जोड़ा वो 21 कैरट वाला आ रंग वखरा ही आखरी शेड मारता आ करके आप चक्या गोरे बहुत ज़्यादा इतों सोना ले जाते हैं बड़ी शॉपिंग करते गोरे कैरट जो लेना भी होजैन तो इतने पाजी यार बंदा शदा हो जाता जिन्हें डिजाइन है आप भिंडिया जी बहुत इतने भजाई फिर सारे जाता कि नहीं इतर रह गया यार चलो इतर चकिए इतर लैके जाना स्पेशल अगे की माड़ा जा देखा नहीं मिलता इतने मिलता चकना ही नाम ही स्पेशल मैं दसूंगा तो गिफ्ट भी मैं करना है अपने लिए भी लैके जाना है आ भी इतर दिन दुकाना आ आप लैना जिते वे टैंकर वा चीमा साहब ने पता
ਉਹ ਟੈਂਕਰਾਂ 'ਚੋਂ ਕੱਢੋ, ਬੋਤਲਾਂ 'ਚ ਪਾਓ ਅਤੇ ਲੈ ਜਾਓ। ਉਹ ਜਿਹੜਾ ਇਸ ਤਰ੍ਹਾਂ ਨਾ, ਉਹਦੀ ਸਮੈਲ ਹੀ ਵੱਖਰੀ ਆ। ਇੱਥੇ ਮੈਂ ਹੱਥ ਦੇ ਅੱਗੇ ਪਾ ਕੇ ਨਾ, ਬੜੀ ਵਧੀਆ ਜੰਨਤ 'ਚ ਪਹੁੰਚ ਜਾਂਦਾ ਬੰਦਾ, ਮਤਲਬ ਸੱਚ ਮੈਂ ਕਹਿ ਰਿਹਾ ਜੰਨਤ ਦੇ ਵਿੱਚ। ਉਹਦੀ ਸਮੈਲ ਹੀ ਇੰਨੀ ਵਧੀਆ ਯਾਰ, ਬੰਦਾ ਨਾ ਫੀਲਿੰਗ ਜਿਹੀ ਵੱਖਰੀ ਇੱਥੋਂ ਆਈ ਨਾ ਹੁਣੇ। ਹੋਰ ਕੋਈ ਵੀ ਜੇ ਤੁਹਾਡੇ ਕਿਸੇ ਵੀ ਬੰਦੇ ਕੋਲ ਡੁਬਾਈ ਜੋ ਕੋਈ ਮੰਗਾਉਂਦਾ ਨਾ, ਅਗਰ ਉਹਦੀ ਸਮੈਲ ਹੋਊਗਾ ਉਹਨੂੰ ਅਲੱਗ ਮਤਲਬ ਫੀਲਿੰਗ ਹੀ ਲੱਗ ਗਿਆ ਨਾ। ਹਾਂ ਵੀ ਹੁਣ ਨਾ ਅਰੇਬਿਕ ਫੂਡ ਜਿਹੜਾ ਆ ਨਾ ਉਹ ਦੇਖਣ ਲੱਗੇ ਹਾਂ। ਥੋੜੀ ਦੇਰ ਬਾਅਦ ਇੱਕਦਮ ਨਾ ਲਓ ਮਦਾਵੀ ਬਹੁਤ ਅੱਛਾ ਹੈ, ਲਾਸਟਿੰਗ ਵੀ ਅੱਛਾ ਹੈ। अच्छा इसकी पैकिंग आता है कितनी कितनी तक पैकिंग आता है, जैसे एक डिब्बा लेना हो उसमें ऐसा नहीं, नहीं आपको ये ऐसा छोटा छोटा कितने का लगेगा जी? ये 3 ml से स्टार्ट होता है। 3 ml से 3 ml 25 th 6 ml 12 ml 24 ml 36 ml काफी रेट कट दस रहे मैं तुम दिखाऊंगा भाई। ओरिजिनल ਦਾ ਵੀ ਹਿਸਾਬ ਕਿਤਾਬ ਹੈਗਾ ਨਾ ਨਾਲ। ਉਹ ਆਪਾਂ ਕਰ ਲੈ ਸਭ ਲੱਗੇ ਹੋਏ ਇਧਰਾਂ ਡਰਾਮਾ ਦੇ ਵਿੱਚ। ਹੁਣ ਫੂਡ ਦੇ ਵਿੱਚ ਵੀ ਕਈ ਕੁਆਲਿਟੀਆਂ ਆਉਂਦੀਆਂ, ਕਿੰਨੇ ਤਰ੍ਹਾਂ ਦਾ ਆਉਂਦਾ ਆ। ਉਹਨੇ ਲਾਈ ਕਿੰਨੇ ਦਿੱਤੇ ਹੁਣ ਪਤਾ ਹੀ ਨਹੀਂ ਲੱਗਣ ਦਿਆ, ਪਤਾ ਹੀ ਨਹੀਂ ਲੱਗਣ ਦਿਆ। ਹੁਣ ਜਿਹੜਾ ਉਹਨੇ ਪਹਿਲੋ ਲਾਇਆ ਨਾ, ਸਭ ਤੋਂ ਪਹਿਲੋਂ ਉਹ ਵਧੀਆ ਨਾ। ਪਤਾ ਨਹੀਂ ਮੈਨੂੰ ਤੁਹਾਡੇ ਮੇਰੇ ਅੱਛਾ ਜੇ ਲੇਡੀਜ਼ ਜੈਂਟਸ ਇਧਰ ਲਗਾਉਣਾ ਇਹਦਾ। ਹਾਂ ਹਾਂ ਇਹ ਤੇਜ਼ ਆ ਜ਼ਿਆਦਾ ਹੈ ਨਾ, ਪਰ ਉਹ ਵਧੀਆ ਜਿਹੜਾ ਹੈ ਨਾ ਭਾਅ ਜੀ, ਉਹ ਆਪਣਾ ਪਸੰਦ ਆ ਗਿਆ ਹੋਇਆ ਹੈ ਨਾ, ਉਹ ਜਿਹੜਾ ਸਭ ਤੋਂ ਵਧੀਆ ਉਹੀ ਆ, ਉਹੀ ਆ ਜਿਹੜਾ। ਕੌਫੀ ਸਿਖਾਉਣ ਦੇ ਬਾਅਦ 'ਚ ਓਕੇ ਰਿਪੋਰਟ ਹੋ ਜਾਂਦੀ ਆ। ਕੌਫੀ ਆ ਜੋ ਫਸਟ ਟਾਈਮ ਦੀਆ ਥਾ, ਉਹ ਕੌਣ ਸਾ ਥਾ ਜਿਵੇਂ ਇਹ ਉਹ ਤਾਂ ਮੋਡ ਫਸਟ ਜੋ ਵਾਲਾ ਫਸਟ ਵਾਲਾ ਉਦ ਮੂਦ ਪ੍ਰਾਈਸ ਜਾਜ ਲਗਾਣਾ ਹੈ। ਮੈਂ ਇਧਰ ਕਾ ਹੀ ਹੈ ਲੋਕਲ, ਮੈਂ ਟੂਰਿਸਟ ਨਹੀਂ ਹਾਂ। ਇਹ ਆਪਕੋ ਜੇ ਲਗੇਗਾ ਤਾਂ ਮੈਂ ਆਈਡੀ ਦਿਖਾਤਾ। ਉਹ ਬੋਲਨੇ ਕਾ ਦਰ ਨਹੀਂ ਆ ਮੱਛਾ ਜੀ, ਇੱਥੇ ਸਿਲੈਕਟ ਕਰਕੇ ਨਾ ਤੇ ਜਿੱਦਾਂ ਦੀ ਵੀ ਆਪਾਂ ਸ਼ੀਸ਼ੀ ਦੇ ਵਿੱਚ ਪਵਾਉਣਾ ਆ ਪਵਾ ਸਕਦੇ ਆ। ਸਾਰੀਆਂ ਡਿਜ਼ਾਈਨ ਵਾਲੀਆਂ ਸ਼ੀਸ਼ੀਆਂ ਲੱਗੀਆਂ ਆ। ਇਹ ਤੁਹਾਨੂੰ ਮੈਂ ਨਾ ਜਿੱਦਾਂ ਕਸ਼ਮੀਰ ਗਿਆ ਸੀ, ਮੈਂ ਉਦੋਂ ਵੀ ਦਿਖਾਇਆ ਸੀਗਾ, ਪਰ ਇਹ ਉੱਤੋਂ ਵੀ ਤਾਂ ਦੀਆਂ ਚੀਜ਼ਾਂ ਆ ਨਾ, ਆਹ ਸਾਰੇ ਲੱਗੇ ਹੋਏ ਆ। ਹੁਣ ਆਪਾਂ ਨੂੰ ਤਾਂ ਜਿਹੜਾ ਪਤਾ ਆਪਾਂ ਉਹੀ ਲੈ ਕੇ ਚੱਲੇ ਹਾਂ, ਸਾਰੇ ਨਾਮ ਨੂਮ ਲੱਗੇ ਹੋਏ ਆ ਸਾਰੇ। ਹੁਣ ਆਪਾਂ ਬਾਸ਼ਨਾ ਹੀ ਬਾਸ਼ਨਾ ਖਿਲਾ ਦਿਆ ਕਰਨੀ, ਜਿਹੜਾ ਸਭ ਤੋਂ ਪਹਿਲਾਂ ਸਾਨੂੰ ਪਸੰਦ ਆ ਗਿਆ ਨਾ ਉਹਦੀ ਪੂਰੀ ਗੱਲਬਾਤ ਆ ਯਾਰ। ਪਤਾ ਕਿ ਅਸੀਂ ਜਿੱਥੋਂ ਲੰਘਦੇ ਯਾਰ, ਇੰਨੀ ਵਧੀਆ ਫਰੈਗਰੈਂਸ ਆਉਂਦੀ ਨਾ, ਨਜ਼ਾਰਾ ਆ ਜਾਂਦਾ। ਸ਼ਹਿਰ ਦੇ ਵਿੱਚ ਘੁੰਮਣ ਦਾ ਮਜ਼ਾ ਹੀ ਬੜਾ ਆਉਂਦਾ ਭਾਅ ਜੀ, ਬੰਦਾ ਸ਼ਹਿਰ ਦੇ ਵਿੱਚ ਘੁੰਮਦਾ ਨਾ, ਮਿੱਠੀ ਮਿੱਠੀ ਬਾਸ਼ਨਾ ਆਉਂਦੀ, ਬੰਦਾ ਵਧੋ ਵਧੀ ਘੁੰਮੀ ਜਾਂਦਾ ਘੁੰਮੀ ਜਾਂਦਾ। ਹਾਂ ਆਪਣੇ ਉਧਰਲੇ ਬਾਜ਼ਾਰਾਂ 'ਚ ਸਮੈਲਾਂ ਵੱਖਰੀਆਂ ਵੱਖਰੀਆਂ, ਬੰਦਾ ਕਹਿੰਦਾ ਦੌੜੋ ਇੱਥੋਂ। ਹਾਂ ਇੱਥੇ ਤਾਂ ਯਾਰ ਨਜ਼ਾਰਾ ਹੀ ਵੱਖਰਾ ਯਾਰ, ਬੰਦਾ ਤਾਂ ਵਧੋ ਵਧੀ ਫਿਰ ਸ਼ਹਿਰ 'ਚ ਆਉਂਦਾ ਘੁੰਮਦਾ ਆ। ਉਹਨਾਂ ਦਾ ਆਪਾਂ ਸਿਲੈਕਟ ਕਰੀਏ ਅਤੇ ਪੈਕਿੰਗ ਕਰਵਾਈਏ ਹੈ ਨਾ। ਆਹ ਇੱਦਾਂ ML ਦੇ ਹਿਸਾਬ ਨਾਲ ਆ, ਆਹ ਇਹਨਾਂ ਦੇ ਰੇਟ ਦਿੱਤੇ ਹੋਏ ਆ ਨਾਲ ਉਧਰ ਪੈਕਿੰਗ ਕਰਵਾਉਣ ਦੇ। ਅਸੀਂ ਦੋ ਤਰ੍ਹਾਂ ਦੇ ਲਏ, ਇੱਕ ਜ਼ਿਆਦਾ ਥੋੜ੍ਹਾ ਜਿਹਾ ਤੇਜ਼ ਆ, ਇੱਕ ਥੋੜ੍ਹਾ ਜਿਹਾ ਲਾਈਟ ਵਾ। ਕਈ ਵਾਰੀ ਕਈਆਂ ਨੂੰ ਲਾਈਟ ਪਸੰਦ ਹੁੰਦਾ ਨਾ, ਜਾਂ ਹੁਣ ਪੈਕਿੰਗ ਸ਼ੁਰੂ ਹੋ ਗਈ ਆਪਣੀ। ਇਹਨਾਂ ਦਾ ਜਿਹੜਾ ਨਾ ਇਹ ਸਪੈਸ਼ਲ ਆ, ਇਹ ਹੋਰ ਵੀ ਬੜੇ ਲੱਗੇ ਆ, ਪਰ ਉਹਨਾਂ ਦੀ ਫਰੈਗਰੈਂਸ ਨਹੀਂ ਵਧੀਆ। ਜਿਹੜੇ ਊਦ ਆ ਨਾ, ਆਹ ਸਾਰਿਆਂ 'ਤੇ ਲਿਖਿਆ ਹੈ ਊਦ, ਇਹ ਸਪੈਸ਼ਲ ਆ। ਇਹ ਫਲਾਵਰ ਕਾ ਬਣਤਾ ਨਾ, ਫਲਾਵਰ ਹੋਤਾ ਇਸਮੇ, ਫਲਾਵਰ ਫਲਾਵਰ ਕਾ ਫਲਾਵਰ ਕਾ। ਇੱਕ ਦੇ ਵਿੱਚ ਮੈਂ ਪਵਾ ਲੈਣ ਲੱਗਾ ਤੇਜ਼ ਵਾਲੇ, ਇੱਕ ਦੇ ਵਿੱਚ ਲਾਈਟ ਵਾਲੇ। ਬਾਕੀ ਉਹ ਜਿਹੜੇ ਸਾਹਮਣੇ ਉਹਨਾਂ 'ਚੋਂ ਦੇਖਦਾ ਕੋਈ, ਜਿਹਦੇ ਜਿਹੜੀ ਆਪਾਂ ਸਾਹਮਣੇ ਰੱਖਣੀ ਆ ਨਾ ਉਹਦੇ ਵਿੱਚ ਪਾ ਲਿਆ ਕਰਨਾ, ਜਿਹਦੇ ਨਾਲ ਲਾਇਆ ਕਰਨਾ ਨਾ। ਜਿੱਦਾਂ ਆਹ ਸ਼ੀਸ਼ੀਆਂ, ਇਹ ਤਾਂ ਚਲੋ ਪੈਕਿੰਗ ਆ, ਇਹ ਤਾਂ ਰੱਖ ਲੈਣੀਆਂ ਅੰਦਰ ਡਰਾਅ ਦੇ ਵਿੱਚ। ਜਿਹਦੇ ਨਾਲ ਜਿਹਨੂੰ ਰੋਜ਼ ਯੂਜ਼ ਕਰਨਾ, ਉਹਦੇ ਵਿੱਚ ਇੱਕ ਹਾਈ ਫਾਈ ਰੱਖਣੀ ਸਾਹਮਣੇ, ਜਿਹਨੂੰ ਲਾ ਕੇ ਨਿਕਲਿਆ ਕਰਨਾ ਉਹ ਵਧੀਆ ਜੀ ਲੱਗਦਾ। ਬਾਕੀ ਇਹ ਗਿਫਟ ਵੀ ਕਰਨੀ ਆ ਮੈਂ ਕਿਸੇ ਨੂੰ, ਉਹ ਕੁਆਂਟਿਟੀ ਉਹਦੀ ਕੁਆਂਟਿਟੀ ਜ਼ਿਆਦਾ ਆ, ਬੰਦਾ ਮੋਇਆ ਜਾਂਦਾ ਇਹਦੇ ਨਾਲ। ਦਰਸ਼ਕੋ 10 lakh ਦਾ ਇਤਰ ਲੈਣ ਲੱਗਿਆ ਸੀ, ਪੈਕਿੰਗ ਚੱਲਣ ਦੀ ਆਪਣੀ।
ਥੋੜ੍ਹੀ ਜਿਹੀ ਪੈਕਿੰਗ ਹੋ ਗਈ ਆ, ਬਾਕੀ ਆਹ ਦੋ ਉਹ ਵੀ ਕਰਾਉਣ ਲੱਗੇ ਆ। 10 ਲੱਖ ਦੀ ਨਹੀਂ ਆ, 1 ਲੱਖ ਦੇ ਇੱਤਰ ਲੈ ਕੇ ਚੱਲੇ 1 ਲੱਖ ਦੇ, ਕਿਉਂਕਿ ਇੱਡੀ ਦੂਰ ਆਏ ਆ। ਬਾਅਦ 'ਚ ਹੈ ਨਾ ਗਿਫਟ ਵੀ ਕਰਦੇ ਹਾਂ ਨਾ ਆਪਣੇ ਖਾਸ ਖਾਸ ਜਣਿਆਂ ਨੂੰ ਵੀ ਆਪਣੇ ਕੋਲ ਆਉਣ ਅਤੇ ਬਾਸ਼ਨਾ ਹੀ ਖਿਲਾਰਦੇ ਹੋਣ ਸਾਰੇ ਜਣੇ, ਹੈ ਨਾ ਕਿ ਨਹੀਂ ਭਾਅ ਜੀ। ਤਾਂ ਕਰਕੇ ਯਾਰ ਸਮੈਲ ਇੱਡੀ ਕੁ ਸੋਹਣੀ ਆ ਨਾ, ਜਿਹੜਾ ਜੱਫੀ ਪਾਊ ਉਹਨੂੰ ਪਤਾ ਲੱਗਣਾ ਹੈਗੀ ਬੜੀ ਵਧੀਆ ਯਾਰ। ਸਾਰੀਆਂ ਬਾਹਾਂ ਸਾਡੀਆਂ ਨਾ ਇਤਰਨਾ ਹੀ ਭਰੀਆਂ ਪਈਆਂ, ਇਤਰ ਕਲੇਲਾ ਜਿੱਦਣ ਨੂੰ ਮੈਂ ਕਰੋ ਬਾਸ਼ਨਾ ਹੀ ਬਾਸ਼ਨਾ ਬਾਸ਼ਨਾ ਹੀ। ਇਹਨਾਂ ਨੇ ਬੈਸਟ ਜਿਹੜਾ ਹੈ ਨਾ ਆਪਣਾ ਉਹ ਲੈ ਕੇ ਚੱਲੇ। ਉਧਰ ਹੁਣ ਭਾਜੀ ਵਾਲੀ ਵੀ ਪੈਕਿੰਗ ਚੱਲਣ ਰਹੀ ਹੈ। ਯਾਸ ਐਕਸਪੋਰਟ ਕਰਤੇ ਹੈ ਇੰਡੀਆ ਕੋ ਕੁਝ ਨਹੀਂ ਦੇਖੋ, ਐਕਸਪੋਰਟ ਐਕਸਪੋਰਟ ਕਰਤੇ ਬਾਕੀ ਆਹ 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 ਹੋਰ ਕਿੱਧਰ ਗਏ, ਆਹ ਉਹ ਥੱਲੇ ਪਏ ਬਾਕੀ ਆਹ ਵੰਨ ਪੇਟੀ ਬਣ ਜਾਣੀ। ਇੱਕੋ ਗੁਲਾਬੀ ਜਿਹਾ ਹੁਣੇ ਅਸੀਂ ਚੂਜ਼ ਕਰਕੇ ਅੱਡੇ ਪਰ ਉਹ ਵਧੀਆ ਨਹੀਂ ਲੱਗਾ ਸਾਨੂੰ। ਕਿਤਨਾ ਹੋ ਗਿਆ 4 ਪਰਫਿਊਮ ਇੰਨਾ ਕੁ ਲੈ ਚੱਲੇ ਆ ਨਾ। ਇੱਕ ਹੋਰ ਚੀਜ਼ ਘੈਂਟ ਚੀਜ਼ ਸਿਲੈਕਟ ਕਰਦੀ ਆ ਬੱਬਰ ਜੀ ਘੋੜੇ ਵਾਲੀ। ਓਕੇ ਸਰ ਕਰ ਦਿਓ ਪੈਸੇ। ਓਕੇ ਇੱਕ ਹੋਰ ਲੈ ਲਿਆ, ਇਹ ਵੀ ਘੈਂਟ ਆ, ਘੈਂਟ ਘੈਂਟ ਚੀਜ਼ਾਂ ਲੈ ਕੇ ਜਾਣੀ ਆਪਣੇ ਉੱਥੇ ਮਿਲਦਾ ਨਹੀਂ ਆ ਸਿੱਧਾ ਕਰਕੇ। ਇੱਕ ਆਹ ਇੱਕ ਹੋਰ ਚੱਕ ਲਿਆ ਜੇ। ਹੁਣ ਮੈਨੂੰ ਲੱਗਦਾ ਜਿੰਨੇ ਕੁ ਅਸੀਂ ਇਤਰ ਅਤੇ ਪਰਫਿਊਮ ਲੈ ਲਿਆ ਨਾ ਸਾਡਾ ਜਿਹੜਾ ਭਾਰ ਆ ਉਹ ਵੱਧ ਜਾਣਾ ਆ, ਕਿਉਂਕਿ ਹੋਰ ਵੀ ਇਲੈਕਟ੍ਰੋਨਿਕ ਸਮਾਨ ਆ ਹੁਣ ਚੱਕਰ ਪੈਣਾ। ਹੁਣ ਉੱਥੇ ਨਾ ਮੁਲਾਦਾ ਏਅਰਪੋਰਟ 'ਤੇ ਹੋਰ ਪੇ ਕਰਨੇ ਪੈਣੇ ਵੱਖਰੇ, ਇੱਦਾਂ ਕਰਨੇ ਪੈਂਦੇ ਨਾ ਫਿਰ ਵੱਖਰੇ ਪੇ। ਕੀ ਕਿਲੋ ਦੇ ਹਿਸਾਬ ਨਾਲ ਕਿੱਦਾਂ ਹੁੰਦਾ? ਔਰ ਨਾ ਝੋਲੇ ਸਾਡੇ ਨਾ ਇਤਰ ਨਾਲ ਹੀ ਭਰੇ ਪਏ। ਗੱਡੀਆਂ ਇੱਥੇ ਆਮ ਹੀ ਇੱਦਾਂ ਦੀਆਂ ਤੁਰੀਆਂ ਫਿਰਦੀਆਂ। ਹੁਣ ਨਾ ਅਸੀਂ ਸਾਰੇ ਹੀ ਸ਼ੋਪਿੰਗ ਸ਼ੋਪਿੰਗ ਕਰਕੇ ਗੋਲਡ ਵੀ ਲੈ ਲਿਆ, ਇਤਰ ਵੀ ਲੈ ਲਿਆ, ਪਰਫਿਊਮ ਵੀ ਲੈ ਲਿਆ, ਇਲੈਕਟ੍ਰੋਨਿਕ ਸਮਾਨ ਵੀ ਲੈ ਲਿਆ ਥੋੜ੍ਹਾ ਜਿਹਾ ਰਹਿ ਗਿਆ। ਅਤੇ ਹੁਣ ਨਾ ਜਿੱਥੇ ਸਾਡਾ ਰੂਮ ਆ ਉੱਥੋਂ ਅਸੀਂ ਜਿਹੜਾ ਸਮਾਨ ਚੱਕਣਾ ਆ ਉਹ ਹੀ ਸਮਾਨ ਸਵੇਰੇ ਚੈੱਕਆਊਟ ਤਾਂ ਕਰਤਾ ਸੀ, ਸਮਾਨ ਜਿਹੜਾ ਰੱਖਤਾ ਸੀ ਉੱਥੇ ਉਹ ਹੁਣ ਚੱਕ ਕੇ ਅਤੇ ਜਿੱਥੇ ਰਾਤ ਕੱਟਣੀ ਆ ਉੱਥੇ ਚੱਲੇ ਹਾਂ। ਹੁਣ ਚੀਮਾ ਸਾਹਿਬ ਆਪਣੇ ਨਾਲ ਨਾਲ ਮੇਰੇ ਹਿਸਾਬ ਨਾਲ ਚੀਮਾ ਸਾਹਿਬ ਕਹਿਣ ਦੇ ਆ, ਜਿੱਥੇ ਮੇਰਾ ਰੂਮ ਆ ਉੱਥੇ ਚੱਲੋ ਚੀਮਾ ਸਾਹਿਬ ਕਹਿੰਦੇ। ਹੁਣ ਜਾਂਦੇ ਹੋਏ ਸਲਾਹ ਕਰਦੇ ਹਾਂ, ਪਹਿਲਾਂ ਕੁਛ ਖਾਵਾਂਗੇ ਪੈਰ ਦੁਖਣ ਲੱਗ ਪਏ ਤੁਰ ਤੁਰ ਕੇ। ਹੈ ਭਾਅ ਜੀ ਮੈਂ ਕਿਹਾ ਆ ਇਹਨਾਂ ਕੋਲ ਵੀ ਸਾਰਾ ਕਿੱਦਾਂ ਦਾ ਜਿੱਦਾਂ ਨਾ ਉਹ ਠੇਕਾ ਹੁੰਦਾ ਹੈਗਾ, ਪਰ ਇਹ ਤਰ੍ਹਾਂ ਨਾ ਸਾਰਾ ਉਹੀ ਆ ਫ੍ਰੈਗਰੈਂਸ ਹੀ ਆ ਇੱਧਰ ਹੀ ਆ ਨਾ ਸਾਰਾ। ਪਰ ਇੰਨੀਆਂ ਵੱਡੀਆਂ ਵੱਡੀਆਂ ਦੁਕਾਨਾਂ ਨਾ ਇੱਧਰ ਦੀਆਂ ਬਹੁਤ ਜ਼ਿਆਦਾ ਬ੍ਰਾਂਡ ਆ ਇੱਧਰ ਦੇ ਵਿੱਚ ਬਹੁਤ ਜ਼ਿਆਦਾ। ਸ਼ੋਪਿੰਗ ਦਾ ਕੰਮ ਨਿਬੇੜਨਾ ਆ, ਇੱਧਰ ਟੋਫੀਆਂ ਜਾ ਕੇ ਕਰੋ ਸਾਰੀਆਂ ਟੋਫੀਆਂ ਹੀ ਆ ਵੀ ਹੈਗੀਆਂ ਨਾ, ਦਿਲ ਕਰਦਾ ਨਾ ਖਾਣ ਨੂੰ ਕਿੱਡੀਆਂ ਸੋਹਣੀਆਂ ਆਹ ਹੁੰਦੀਆਂ ਚੋਕਲੇਟ ਵਾਲੀਆਂ। ਆਹ ਗੱਲ ਕਰਦਾ ਸੀ ਮੈਂ ਬਜਰੀ ਜੀ ਆਹ ਬਜਰੀ ਬਾਕੀ ਨਾ ਸਾਰਾ ਕੁਝ ਇਕੱਠਾ ਕਰਕੇ ਨਾ ਹੁਣ ਲੈ ਚੱਲੇ ਸ਼ੋਪਿੰਗ ਵਾਲਾ ਕੰਮ ਆਪਾਂ ਜਦੋਂ ਨਿਬੇੜ ਦੇਣਾ। ਆਹ ਖਜੂਰਾਂ ਆ ਇੱਥੋਂ ਚੱਕ ਲੈਣੀਆਂ ਹੁਣ ਜਿਹੜੀਆਂ ਆਪਾਂ ਸਵੇਰੇ ਖਾਧੀਆਂ ਸੀ ਨਾ। ਬਾਕੀ ਇੱਥੇ ਡਰਾਈ ਫਰੂਟ ਲੱਗਾ ਹੋਇਆ, ਡਰਾਈ ਫਰੂਟ 'ਚ ਵਰਾਇਟੀ ਬਹੁਤ ਹੈ ਇਹਨਾਂ ਕੋਲ। ਆਹ ਕਾਜੂ ਕਿੰਨੇ ਤਰ੍ਹਾਂ ਦੇ ਆ, 1, 2, 3, 4 ਹਰੇ ਕਾਜੂ, ਲਾਲ ਕਾਜੂ, ਉੱਤੇ ਨਾ ਪਤਾ ਨਹੀਂ ਕੀ ਕੁਛ ਲਾਇਆ ਹੋਇਆ ਇਹਨਾਂ ਨੇ, ਪਿਸਤਾ ਕੱਢਿਆ ਹੋਇਆ ਆ। ਅਖਰੋਟ ਕਿੱਦਾਂ ਦੇ ਦੇਖ ਲਓ, ਉਹਨਾਂ ਨੇ ਮੈਨੂੰ ਅਖਰੋਟ ਹੈਗਾ ਕੀ ਹੈ ਇਹ, ਨਾਲ ਤਾਂ ਅਖਰੋਟ ਪਏ ਆ। ਕਾਜੂ ਦੀ ਵਰਾਇਟੀ, ਹਰ ਚੀਜ਼ ਦੀ ਵਰਾਇਟੀ ਬਹੁਤ, ਹਰ ਚੀਜ਼ ਦੀ ਵਰਾਇਟੀ। ਬਦਾਮ ਦੇਖੋ ਕਿੰਨੇ ਤਰ੍ਹਾਂ ਦੇ, ਇੰਨੀ ਕੁ ਜ਼ਿਆਦਾ ਵਰਾਇਟੀ ਆ ਨਾ ਵੀਡੀਓ 'ਚ ਨਹੀਂ ਪਤਾ ਲੱਗਦਾ। ਤਾਂ ਮਿਸ਼ਰੀ ਚੈੱਕ ਕਰੋ, ਵਾਈਟ ਥੋੜ੍ਹੀ ਜਿਹੀ ਡਾਰਕ ਆ, ਇਰਾਨ ਦੀ ਮਿਸ਼ਰੀ। ਅੰਜੀਰ ਇੱਥੇ ਬਾਹਲੀ ਘੈਂਟ ਆ ਯਾਰ, ਖਜੂਰ ਜਿਹੜੀ ਆ ਨਾ ਸਾਰਿਆਂ ਤੋਂ ਕਹਿੰਦੇ ਬੈਸਟ ਆ ਰਹੀ ਆ, ਅਤੇ ਆਪਾਂ ਆਹੀ ਕਰਾ ਲਈ ਬੈਸਟ ਆ ਨਾ ਨੰਬਰ 1। ਜੈਂਬਰੀ ਚੋਕਲੇਟ ਨਹੀਂ ਚੋਕਲੇਟ ਹੀ ਆ ਨਾ, ਟੋਫੀਆਂ ਵੀ ਅਸੀਂ ਟੈਸਟ ਕਰਨ ਦੇ ਹਾਂ ਜਿਹੜੀ ਸਾਨੂੰ ਪਸੰਦ ਆਈ। ਉਦਣ ਤਾਂ ਕਪੜਾ ਹੋ ਗਿਆ ਸਾਡੇ ਨਾਲ, ਮਾੜੀਆਂ ਟੋਫੀਆਂ ਲੈ ਲਈਆਂ, ਸਮਾਨ ਹੀ ਬੜਾ ਭਾਜੀ ਸਮਾਨ ਬਹੁਤ ਜ਼ਿਆਦਾ।
ਪਿਸਤੇ ਵਾਲਾ ਕਹਿੰਦਾ ਪਿਆ ਕਿੰਨਾ ਕੁਝ ਪਿਆ ਵਿੱਚ ये मुझे बट नहीं पड़ेगी, जिस जिसने वीडियो देखा उन्हें तो देनी पड़ेगी ना फिर। ये है दुबई की, वो है ईरान की, इटली 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 की। बड़ी टोपियां मित्रों, पता की चक्कर है साडा, वापसी का जरा ना 20 किलो ले जा सकते हैं एक जना, वो सारा चक्कर ही हो पै गया है। अच्छा ये सेम वही है या कैसे है? ये 60 दिरहम है टोटल, वो 80 दिरहम है, हम तुमको 75 में दे रहे हैं। मैं भी हुन मैं जेली देखने लगा है ना, सारी जना पैंदा मीट, वैसे मीट तो बिना भी आंदी है, पर इन्हें मीट पा कि चेक करिए। अजक तो लगभग सारिया चीजा च यार भाजी नॉन वेज मिक्स हों है ना। अच्छा जैली के उत्ते लाया हुआ है सारा कुछ, देखने कि सोहनिया लगदियाँ, स्वाद भी नहीं है, मिठी है ना, देख ही लें फिर खा के यार, एक थोड़ा घुट भर के वेख लेना। ਬਾਹਰੋਂ ਲਿਆਉਂਦੇ ਹੁੰਦੇ ਇੱਦਾਂ, ਅਮਰੀਕਾ ਕੈਨੇਡਾ ਵਾਲੇ ਇੰਗਲੈਂਡ ਵਾਲੇ ਟੋਫੀਆਂ ਇੱਦਾਂ ਦੀਆਂ ਹਨਾ, ਇੱਦਾਂ ਵੀ ਖਿਓਦੇ ਆ ਬਾਕੀ ਹੈ। ਖਾ ਕੇ ਦੇਖੀਆਂ ਹੈ, ਹਾਫ ਹਾਫ ਕੇਜੀ ਦੋਵਾਂ ਦੀ ਹੋ ਗਈਆਂ ਨਾ ਆਂਟੀ। ਹਾਂ ਖਾ ਕੇ ਦੇਖੀਆਂ ਸੀ ਇਹ ਕਿਹੜੀ? ਹਾਂ ਹਾਂ ਉਹ ਨਾ ਨਹੀਂ ਖਾਲੀ, ਟੋਲੀ ਕਾਲੀ ਨਹੀਂ ਖਾਲੀ ਨਾ, ਇਹ ਚੰਗਾ ਹੀ ਭਾਰ ਹੋ ਜਾਣਾ ਹੁਣ, ਪੰਗਾ ਪੈਣਾ। ਆ ਲਿਫਟ ਤੇ ਜਾਂਦੇ ਨਾ ਸਾਈਡ ਤੇ ਆ ਸਾਫ ਕਰਨ ਨੂੰ ਲਾਇਆ ਇਹਨਾਂ ਨੇ, ਇਹਦੀ ਗੱਲ ਕਰਦਾ ਜਿਹੜਾ ਬੰਨੇ ਬੰਨੇ ਲੱਗਾ ਨਾ, ਇਹਦੇ ਨਾਲ ਆਪਾਂ ਬੂਟ ਸਾਫ਼ ਕਰ ਸਕਦੇ ਇੱਦਾਂ, ਇਹ ਲਿਬੜੇ ਹੁਣ ਤੇ, ਇਹ ਰਬੜ ਜਿਹੀ ਲੱਗੀ ਆ ਇੱਦਾਂ, ਨਾਲ 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 ਸਾਫ਼ ਕਰੀ ਜਾਓ। ਹੁਣ ਪਹੁੰਚੇ ਮੈਟਰੋ 'ਚ, ਮੈਟਰੋ ਨਹੀਂ ਸੀ ਲੱਭਦਾ, ਡੇਢ ਘੰਟਾ ਖਪਦੇ ਰਹੇ, ਇੱਦੀ ਖਲਾਲੀ ਪਹੁੰਚ ਗਏ ਇਸ ਟਾਈਮ, ਹੈ ਨਹੀਂ ਕੋਈ ਵੀ, ਹੁਣੇ ਆਏ, ਚੱਲ ਗਈ ਨਾ ਟ੍ਰੇਨ, ਮੈਟਰੋ ਸਾਡੇ ਕੋਲ ਹੀ, ਜਦੋਂ ਅਸੀਂ ਸ਼ੋਪਿੰਗ ਕਰਕੇ ਨਿਕਲੇ ਨਾ ਉੱਥੋਂ ਦੀ ਗੱਲਾਂ ਕਰਦੇ ਕਰਦੇ ਸਿੱਧੇ ਲੰਘ ਗਏ, ਫਿਰ ਚੰਗਾ ਤਕੜਾ ਡੇਢ ਘੰਟੇ ਦਾ ਰਾਉਂਡ ਮਾਰ ਕੇ ਆਏ ਦੂਰੋਂ, ਉੱਥੇ ਹੀ ਆ ਗਏ ਫਿਰ ਘੁੰਮ ਕੇ। ਜਿਹੜਾ ਮੈਟਰੋ ਸੀ ਨਾ ਉਹ ਮੋਲ ਦੇ ਥੱਲੇ ਸੀ ਹੈ ਨਾ, ਮੋਲ ਲਾ ਕੇ ਇਹ ਹੋਟਲ ਦੇ ਅੰਦਰ ਬਿਲਡਿੰਗ ਬਣੀ, ਬਿਲਡਿੰਗ ਆ, ਪਤਾ ਨਹੀਂ ਸੀ ਲੱਗਦਾ ਥੱਲੇ ਸੀ ਉਹਦੇ, ਹੁਣ ਆਏ ਮੈਂ ਵੀ ਇੱਥੇ ਮੱਤਾ ਟੁੱਟ ਗਈ ਹਾਂ। ਆ ਗਈ ਵੀ ਰੇਲ ਗੱਡੀ, ਮੋਰਨਿੰਗ ਹੋ ਗਈ ਆ, ਰੈਡੀ ਹੋ ਕੇ ਸਪੈਸ਼ਲ ਥਾਂ 'ਤੇ ਚੱਲੇ ਹਾਂ ਅੱਜ, ਇੱਕ ਟੂਰਿਸਟ ਡੈਸਟੀਨੇਸ਼ਨ ਕਵਰ ਕਰਨ ਲੱਗੇ ਅੱਜ, ਨਹੀਂ ਤਾਂ ਉੱਦਣ ਤਾਂ ਇੱਦਾਂ ਹੀ ਘੁੰਮੀ ਜਾਂਦੇ ਸੀਗੇ। ਅਤੇ ਕੱਲ੍ਹ ਨੂੰ ਮਿਲਾਂਗੇ, ਹੁਣ ਕੈਮਰੇ ਸ਼ੈਮਰੇ ਤਿਆਰ ਕਰ ਲਏ ਆ, ਸਾਰਾ ਕੁਛ ਹੋ ਗਿਆ ਆ, ਗੱਡੀ ਲੱਗੀ ਆ, ਹੁਣ ਉਹਦੇ 'ਚ ਬਹਿਣਾ ਆ ਅਤੇ ਫਰਾਰ ਹੋ ਜਾਣਾ ਆ, ਅਤੇ ਚੀਜ਼ ਅਲੱਗ ਜਿਹੀ ਦਿਖਾਊਂਗਾ ਮੈਂ, ਉਹ ਨਹੀਂ ਦਿਖਾਊਂਗਾ ਵੀ ਬਿਲਡਿੰਗ ਆ ਜੇ ਆ ਉਹ ਇੱਥੇ ਆ, ਉਹ ਅਲੱਗ ਹੀ ਹੋਊਗਾ ਸਾਰਾ ਕੁਛ। ਅਤੇ ਓਕੇ ਮਿਲਦੇ ਹਾਂ ਕੱਲ੍ਹ ਨੂੰ ਹੁਣ।